भाई आधा किलो गोश्त दे दो जी भाई। अच्छा भाई भाई कलेजी पाने के पोटा पाना है भाई जो मर्जी पा जी भाई। अच्छा भाई हाँ? अच्छा भाई तुसे सीने का गोश्त लेना है कि लेग पीस लेना है? लेग पीस लेना भाई। अस्सलाम वालेकुम भाई। यार की कर रहे हो भाई? हेलो सॉरी भाई। वालेकुम अस्सलाम जी भाई। भाई ऑर्डर देना सी। ऑर्डर बैठो अंदर आइयो आइयो। नहीं भाई गोश्त नहीं आएगा। नहीं भाई मैनु वड्डा ऑर्डर आ गया। मेहरबानी रिक्वेस्ट तुहाडा गोश्त नहीं आएगा। मेहरबानी तुहाडी भाई तुहाडी मेहरबानी है। वड्डा ऑर्डर आ गया मेरे कोल ते गोश्त नहीं आया। ਭਾਈ ਤੁਹਾਡੀ ਮਿਹਰਬਾਨੀ ਤੁਸੀਂ ਜਾ ਸਕਦੇ ਮਿਹਰਬਾਨੀ ਤੁਹਾਡੀ। ਆਜਾ ਯਾਰ ਕਿੱਥੇ ਰਹਿ ਗਿਆ? ਆ ਗਿਆ ਭਾਈ ਬਸ ਆ ਗਿਆ ਥੋੜਾ ਰਸਤਾ ਦਿਓ। ਬੈਠੋ ਭਾਈ। ਅੱਜ ਆਇਓ ਕਿ ਮੈਂ ਟੇਬਲ ਤੇ ਬਹਿ ਜਾ ਕੋਈ ਕੁਰਸੀ ਹੋਏਗੀ ਤੇ ਬਾਹਰ ਆਇਆ ਤੇ ਖੜੇ ਰਹੋ। ਚਲੋ ਭਾਈ ਖੜੇ ਰਹਿੰਦੇ ਆ ਠੀਕ ਹੈ ਭਾਈ। ਚੱਲ ਬੈਠ ਛੋਟੇ ਕੁਰਸੀ ਲਿਆ ਯਾਰ। ਜੀ ਭਾਈ ਹੁਣ ਆਰਡਰ ਲਾਓ। ਆਰਡਰ ਲਾ ਦੇਣੇ ਆ। ਪਹਿਲੇ ਦੱਸੋ ਆਪਾਂ ਨੂੰ ਸਾਫੀ ਚਾਹੀਦਾ ਨਾ ਕਲੇਜੀ ਨਾ ਪੋਟਾ ਨਾ ਗਰਦਨ। ਉਹ ਗੋਸ਼ਤ ਸਾਫ ਕਰਨ ਵਾਸਤੇ ਤੁਸੀਂ ਬੰਦਾ ਲਾਣਾ ਛਿਛੜਾ ਆਉਂਦਾ ਕੋਈ ਨਹੀਂ ਰਹਿਣ ਦੇਣਾ ਵਿੱਚ। ਸਮਝੋ ਕਿ ਸਾਨੂੰ ਧੋਣਾ ਨਾ ਪਵੇ ਜੀ। ਪਰੇਸ਼ਾਨ ਨਹੀਂ ਹੋਣਾ ਭਾਈ ਸਾਡੀ ਦੁਕਾਨ ਤੇ ਮਾਸ਼ਾਅੱਲਾ ਨਹੀਂ ਸਫਾਈ ਸੁਥਰੀ ਤੇ ਮੈਂ ਵੇਖ ਰਿਹਾ ਵਾਂ। ਮੱਖੀਆਂ ਬੜੀਆਂ ਨੇ ਸਫਾਈ ਆਪਾਂ ਨੂੰ ਸਫਾਈ ਚਾਹੀਦੀ ਗੋਸ਼ਤ ਭਾਈ ਨੂੰ ਮੱਖੀਆਂ ਦਾ ਤਾਂ ਤੁਹਾਨੂੰ ਪਤਾ ਗਰਮੀ ਆਇਆ ਸੀਜ਼ਨ ਮੱਖੀਆਂ ਦਾ ਸਪਰੇਅ ਸਪਰੂ ਮਾਰ ਦਾਂਗੇ ਇਹਨਾਂ ਨੂੰ ਕਿਤੇ ਮੁਰਗੀ ਜਿਹਾ ਵਿੱਚ ਮੱਖੀ ਵੀ ਟੁੱਟੀ ਆਉਂ ਟਕ 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 ਟਕ। ਨਹੀਂ ਭਾਈ ਤੁਸੀਂ ਖਾ ਵੀ ਲਓਗੇ ਤਾਂ ਕੁਛ ਨਹੀਂ ਹੁੰਦਾ। ਨਹੀਂ ਨਹੀਂ ਖਾ ਲਓ ਅਸੀਂ ਕਿਵੇਂ ਗੋਸ਼ਤ ਲੈਣ ਆਏ ਆ ਭਾਈ। ਬਾਕੀ ਤੁਸੀਂ ਨਾ ਇਨਸ਼ਾਅੱਲਾ ਪਰੇਸ਼ਾਨ ਨਾ ਹੋਵੋ। ਸਾਡੇ ਸ਼ਹਿਰ ਕੋਟਰਾ ਦਾ ਕਿਸ਼ਨ ਦੇ ਵਿੱਚ ਮਸ਼ਹੂਰ ਦੁਕਾਨ ਹੈ ਇਕਬਾਲ ਬਲੋਜ ਦੀ ਤੇ ਭਾਈ ਇਸੇ ਪਰ ਹੀ ਆਏ ਆ। ਇਨਸ਼ਾਅੱਲਾ ਮਾੜੀ ਸ਼ਾਇ ਨਹੀਂ ਤੁਹਾਨੂੰ ਮਿਲੇਗੀ ਤੇ ਇੱਕ ਇੱਕ ਅਸੀਂ ਸਾਫੀ ਨਾਲ ਯਾਨੀ ਕਿ ਸਾਫ਼ ਕਰਕੇ ਗੋਸ਼ਤ ਦਿਆਂਗੇ। ਬਾਕੀ ਤੁਸੀਂ ਇਹ ਤੁਹਾਨੂੰ ਚਾਰ ਪੀਸ ਚਾਹੀਦੇ ਦੋ ਸੀਨੇ ਤੇ ਦੋ ਲੈਗ ਪੀਸ। ਹਾਂਜੀ ਠੀਕ ਹੈ ਜੀ ਇਸ ਤਰ੍ਹਾਂ ਹੀ। ਤੇ ਹੁਣ ਦੱਸੋ ਤੁਹਾਨੂੰ ਕਿਹਦੇ ਨੂੰ ਚਾਹੀਦਾ? ਉਹ ਵੀ ਦੱਸ ਦਿੰਦੇ ਆ। ਬਾਕੀ ਤੁਸੀਂ ਦੱਸੋ ਰੇਟ ਰੂਟ ਕੀ ਲਾਓਗੇ? ਰੇਟ ਤੁਹਾਨੂੰ ਭਾਣ ਮੁਹੱਬਤ ਦੁਨੀਆ ਨਾਲ ਪੂਰੇ ਸ਼ਹਿਰ ਤੋਂ ਨਾਲੋ ਕੋਈ ਮੁਨਾਸਬ ਹੀ ਲਾਵਾਂਗੇ। ਰੇਟ ਮੁਨਾਸਬ ਆਰਡਰ ਵੱਡਾ ਹੈ ਠੀਕ ਹੈ। ਅੱਛਾ ਚਾਹੀਦਾ ਕਿਦਾਂ ਨੇ ਇਹ ਦੱਸੋ ਵੱਡਾ ਤੇ ਆ ਮੈਨੂੰ ਵੀ ਪਤਾ। ਕਰ ਲੈਣੇ ਆ ਉਹ ਦੀ ਟੈਨਸ਼ਨ ਨਾ ਲੈ ਜੀ ਠੀਕ ਹੈ। ਦੱਸੋ ਆਪਾਂ ਨੂੰ ਰੇਟ ਕੀ ਲਾਓਗੇ? ਰੇਟ ਭਾਣ ਤੁਹਾਨੂੰ ਕਿਹਾ ਤੇ ਹੈਗਾ ਦੁਨੀਆ ਨਾਲ ਕੋਈ 10 ਰੁਪਏ ਤਾਂ ਡਾਉਣ ਹੀ ਲਾਵਾਂ। ਨਹੀਂ 10 ਰੁਪਏ ਡਾਉਣ ਨਹੀਂ ਘੱਟੋ ਘੱਟ 20 ਰੁਪਏ ਤੇ ਲਾਓ। ਚਲੋ ਜਿਵੇਂ ਤੁਹਾਨੂੰ ਮੁਨਾਸਬ ਲੱਗਦਾ। ਬਾਕੀ ਕਿਦਨ ਚਾਹੀਦਾ ਤਾਂ ਆਪਾਂ ਨੂੰ ਚਾਹੀਦਾ ਹੈ। ਕਿੰਨੀ ਤਰੀਕ ਹੈ ਅੱਜ? ਭਾਣ ਹੈਗੀ ਇਹ 10 ਤਰੀਕ 10 ਤਰੀਕ 15 ਤਰੀਕ 5ਵਾਂ ਮਹੀਨਾ 2025 ਨੂੰ ਚਾਹੀਦਾ ਆਪਾਂ ਨੂੰ। ਅਬੇ ਸਾਲੇ 15 ਤਰੀਕ 5ਵਾਂ ਮਹੀਨਾ 2025 ਤੇਰਾ ਦਿਮਾਗ ਤੇ ਠੀਕ ਹੈ? ਕੀ ਹੋਇਆ ਭਾਈ 5ਵਾਂ ਮਹੀਨਾ 10 ਤਰੀਕ 2024 ਜਾ ਰਿਹਾ ਭਾਈ ਮੇਰਾ ਦਿਮਾਗ ਠੀਕ ਹੈ? ਆਪਾਂ ਨੂੰ ਆਰਡਰ ਹੀ ਉਦੋਂ ਚਾਹੀਦਾ। ਮੈਂ ਆਹੀ ਯਾਰ ਕਿ ਤਾਂ ਗੋਸ਼ਤ ਮਹਿੰਗਾ ਹੋ ਜਾਵੇ ਆਪਾਂ ਇਸ ਪਰੋਂ ਆਇਆ ਤੇਰੇ ਕੋਲ ਕਿ ਯਾਰ ਨਾ 1 ਸਾਲ ਪਹਿਲੇ ਹੀ ਆਰਡਰ ਦੇ ਆਵਾਂ। ਜੀ ਭਾਈ ਤੇਰਾ ਦਿਮਾਗ ਠੀਕ ਹੈ? 1 ਸਾਲ ਪਹਿਲੇ ਤੂੰ ਮੈਨੂੰ ਆਰਡਰ ਦੇਣ ਦੇ ਭਾਈ ਉਸ ਤੋਂ ਪਹਿਲੇ ਤੂੰ ਬਿਮਾਰ ਨਹੀਂ ਹੋਣਾ। ਆਪਦੀ ਸਿਹਤ ਦਾ ਖਿਆਲ ਰੱਖਣਾ ਹੈ। ਡੇਲੀ ਤੂੰ ਬੀਪੀ ਚੈੱਕ ਕਰਾਉਣਾ ਆਪਣਾ ਠੀਕ ਹੈ? ਬਲੱਡ ਪ੍ਰੈਸ਼ਰ ਸੈਲ ਕਰਨੀ ਹੈ। ਮੇਰਾ ਆਰਡਰ ਦੇਣ ਤੋਂ ਪਹਿਲੇ ਤੈਨੂੰ ਕੁਝ ਨਹੀਂ ਹੋਣਾ ਚਾਹੀਦਾ ਠੀਕ ਹੈ? ਡਾਕਟਰ ਕੋਲ ਤੂੰ ਜਾਣਾ, ਹਸਪੀਟਲ ਜਾਣਾ, ਆਪਦੀ ਮੈਡੀਸਨ ਜੋ ਤੂੰ ਖਾਣਾ ਪੀਣਾ ਆਪਦੀ ਕਲੀਅਰ ਕਰਨੀ। ਮੇਰਾ ਆਰਡਰ ਦੇ ਕੇ ਭਾਵੇਂ ਅਗਲੇ ਦਿਨ ਟਪਕ ਜਾ, ਮੈਨੂੰ ਕੋਈ ਮਸਲਾ ਨਹੀਂ। ਮੇਰਾ ਆਰਡਰ ਮੈਨੂੰ ਚਾਹੀਦਾ 15 ਤਰੀਕ 5ਵਾਂ ਮਹੀਨਾ 2025 ਵਿੱਚ 5:50 ਤੇ ਮੈਨੂੰ ਗੋਸ਼ਤ ਚਾਹੀਦਾ। 1 ਸੈਕਿੰਡ ਵੀ ਲੇਟ ਹੋਇਆ ਮੇਰਾ ਆਰਡਰ ਕੈਂਸਲ ਕਰ ਦੇਣਾ। ਤੂੰ ਮੈਨੂੰ ਪਹਿਲੇ ਇਹ ਦੱਸ ਕਿ ਤੂੰ ਮੇਰਾ ਟੈਸਟ ਲੈਣ ਆਇਆ?
ਮੈਂ ਭਾਈ ਆਰਡਰ ਦੇਣਾ ਆ। ਤੇਰਾ ਦਿਮਾਗ ਠੀਕ ਹੈ ਭਾਈ? ਮੈਂ ਪੈਸੇ ਦੇਣੇ ਤੈਨੂੰ ਆਰਡਰ ਦੇਣਾ ਆ। ਮਰਨਾ ਮੈਂ ਮਰਨਾ ਤੂੰ ਵੱਖਰਾ ਚੋਰੀ ਬਣਿਆ ਹੈ ਭਾਈ। ਤੂੰ ਆਰਡਰ ਲੈ ਨਾ, ਤੇਰੀ ਸਿਹਤ ਦਾ ਖਿਆਲ ਹੈ ਭਾਈ, ਮੈਂ ਤੇਰਾ ਖਿਆਲ ਰੱਖਣਾ ਚਾਹ ਰਿਹਾ। ਤੂੰ ਕਿਹਾ ਰਿਹਾ ਤੂੰ ਮੇਰੀ ਸਿਹਤ ਦਾ ਖਿਆਲ ਨਾ ਕਰ, ਠੀਕ ਹੈ ਭਾਈ? ਉਸ ਤੋਂ ਪਹਿਲੇ ਤੂੰ ਆਪਦਾ ਖਿਆਲ ਰੱਖਣਾ, ਕਹਿੰਦਾ ਤੈਨੂੰ ਮੇਰੇ ਕਾਕੇ ਗੱਲ ਕੀਤੀ ਹੈ, ਠੀਕ ਹੈ? ਹਾਂਜੀ, ਆਪਣਾ ਬੀਬੀ ਬੁੱਪੀ ਹਰ ਚੀਜ਼ ਚੈੱਕ ਕਰਵਾਉਣੀ। ਤੂੰ ਮਾਰ, ਮੈਂ ਕੋ ਮਰਾਂ, ਤੂੰ ਮਾਰ ਹਾਂ ਭਾਈ। ਮੈਂ ਤੈਨੂੰ ਆਰਡਰ ਦੇਣਾ ਹੈ ਯਾਰ, ਤੂੰ ਮੈਨੂੰ ਗੱਲਾਂ ਕਿੰਨੀ ਦੀਆਂ ਕਰਨਾ ਪਿਆ। ਤੂੰ ਆਰਡਰ ਦੇ, ਤੇਰਾ ਆਰਡਰ ਕਿੰਨਾ ਹੈਗਾ? ਆਰਡਰ ਮੇਰਾ ਯਾਰ ਹੈਗਾ ਤਕਰੀਬਨ ਭਾਈਆ ਭਾਈਆ ਹਾਂਜੀ। ਤੇਰਾ ਦਿਮਾਗ ਠੀਕ ਹੈ? ਚੱਲ ਉੱਠ, ਅੱਗੇ ਮੈਂ ਗਾਹ ਮੋੜ ਦਿੰਦਾ। ਚੱਲ ਉੱਠ ਭਾਈ, ਤੂੰ ਆਰਡਰ ਲੈ ਨਾ। ਉਹ ਚੱਲ, ਤੇਰੇ ਵਰਗਾ ਆਰਡਰ ਵੱਡਾ ਰਹਿ ਗਿਆ, ਤੂੰ ਆਰਡਰ ਭਾਈ, ਤੂੰ ਆਰਡਰ ਲੈ ਮੇਰਾ। ਚੱਲ ਚੱਲ ਭਾਈ, ਮੈਂ ਆਰਡਰ ਤੁਮ ਦੇ ਕੇ ਜਾਣਾ। ਉਹ ਚੱਲ ਚੱਲ ਚੱਲ, ਦੁਕਾਨ ਤੋਂ ਬਾਹਰ ਆ, ਮੈਂ ਦੁਕਾਨ ਬੰਦ ਕਰਾਂਗਾ। ਚੱਲ ਉਹ ਲੈ, ਇੱਥੇ ਲਗਾ ਫਿਰਨਾ ਜਾ, ਦਫਾ ਹੋ ਪਾਗਲ ਜਿਹਾ ਨਾ ਹੋ ਤੇ ਵੱਡਾ। ਜਾਣਾ ਮੈਂ ਤੈਨੂੰ ਪੈਸੇ ਕਮਾਉਣ ਨਹੀਂ ਹੈਗਾ, ਜਾ ਦਫਾ ਹੋ। ਆਓ ਯਾਰ, ਕਰੋ ਕੰਮ ਤੁਸੀਂ।